2 ਸਾਲਾਂ ਨੂੰ ਥੋੜਾ ਜਿਹਾ ਅਸਰ ਪੈਣਾ ਸ਼ੁਰੂ ਹੋ ਜਾਊਗਾ ਵੀ ਇਹ ਜਿਹੜਾ ਰਾਮਪੁਰਾ ਪਿੰਡ ਆ ਉਹ ਕੈਨੇਡਾ ਵਰਗਾ ਹੀ ਦਿਸਣ ਲੱਗ ਜੂ। ਨਹੀਂ ਨਹੀਂ ਜੀ, ਅਸੀਂ ਕੈਨੇਡਾ ਤਾਂ ਛੱਡ ਕੇ ਪੰਜਾਬ ਆਏ ਹਾਂ ਜੀ। ਪੰਜਾਬ ਦੇ ਵਿੱਚ ਰਾਮਪੁਰੇ ਪਿੰਡ ਆਏ ਹਾਂ ਜੀ। ਰਾਮਪੁਰਾ ਪਿੰਡ ਅਸੀਂ ਕੈਨੇਡਾ ਵਰਗਾ ਹੀ 5 ਸਾਲਾਂ ਵਿੱਚ ਕੈਨੇਡਾ ਵਰਗਾ ਬਣਾ ਦੂ। ਚੰਗੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ। ਜੋ ਵੀ ਤੁਹਾਨੂੰ ਲੱਗਦਾ ਵੀ ਚੰਗਾ ਉਮੀਦਵਾਰ ਆਪਣੇ ਪਿੰਡ ਦਾ ਵਿਕਾਸ ਕਰੂਗਾ, ਗਲੀਆਂ ਨਾਲੀਆਂ ਦਾ ਵਿਕਾਸ ਕਰੂਗਾ, ਉਸ ਨੂੰ ਵੋਟ ਦੇਣੀ ਚਾਹੀਦੀ ਆ। ਸਭ ਤੋਂ ਪਹਿਲਾਂ ਅਸੀਂ ਨਸ਼ੇ ਦਾ ਵੀ ਮੁੱਦਾ ਖਤਮ ਕਰਨਾ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਤੇ ਕ੍ਰੇਜ਼ ਪਾਇਆ ਜਾ ਰਿਹਾ ਹੈ। ਇਹੀ ਨਹੀਂ, ਕੈਨੇਡਾ ਤੋਂ ਵਾਪਸ ਪਰਤ ਕੇ ਵੀ ਕੁਝ ਲੋਕ ਸਰਪੰਚੀ ਦੀ ਚੋਣ ਲੜ ਰਹੇ ਨੇ। ਅਜਿਹਾ ਹੀ ਵਿਅਕਤੀ ਹੈ ਸੇਵਕ ਸਿੰਘ ਪੱਤੋਂ, ਜੋ ਕੈਨੇਡਾ ਛੱਡ ਕੇ ਪੰਜਾਬ ਪਰਤਿਆ ਤੇ ਹੁਣ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਲੜ ਰਿਹਾ ਹੈ। ਰਾਮਪੁਰਾ ਫੂਲ ਦਾ ਪਿੰਡ ਹੈ ਰਾਮਪੁਰ, ਜਿੱਥੋਂ ਇਹ ਵਿਅਕਤੀ ਚੋਣ ਲੜ ਰਿਹਾ ਹੈ। ਤੇ ਉਸਦਾ ਕਹਿਣਾ ਹੈ ਕਿ ਜੇਕਰ ਪਿੰਡ ਵਾਸੀ ਉਸ ਨੂੰ ਜਿਤਾਉਂਦੇ ਨੇ ਤਾਂ ਉਹ ਆਪਣੇ ਪਿੰਡ ਦੇ ਵਿੱਚ ਕੈਨੇਡਾ ਵਰਗੀਆਂ ਸਹੂਲਤਾਂ ਦੇਵੇਗਾ। ਦੱਸ ਦਈਏ ਕਿ 1 ਸਾਲ ਪਹਿਲਾਂ ਇਹ ਵਿਅਕਤੀ ਕੈਨੇਡਾ ਤੋਂ ਵਾਪਸ ਪਰਤਿਆ ਅਤੇ ਹੁਣ ਉਹ ਪਿੰਡ ਦੇ ਵਿੱਚ ਪੰਚਾਇਤੀ ਚੋਣ ਲੜ ਰਿਹਾ ਹੈ। ਤੇ ਰਾਮਪੁਰਾ ਫੂਲ ਦਾ ਇਹ ਰਾਮਪੁਰਾ ਪਿੰਡ ਹੈ ਜਿੱਥੋਂ ਉਹ ਪੰਚਾਇਤੀ ਚੋਣ ਲੜ ਰਿਹਾ ਹੈ। ਤੇ ਉਸਦਾ ਕਹਿਣਾ ਹੈ ਕਿ ਜਿਸ ਢੰਗ ਦੇ ਨਾਲ ਕੈਨੇਡਾ ਦੇ ਵਿੱਚ ਨਾਗਰਿਕਾਂ ਨੂੰ ਸਹੂਲਤਾਂ ਮਿਲਦੀਆਂ ਨੇ, ਉਸੇ ਤਰ੍ਹਾਂ ਦੇ ਨਾਲ ਉਹ ਪਿੰਡ ਦੇ ਵਿੱਚ ਵੀ ਸਹੂਲਤਾਂ ਦੇਵੇਗਾ। ਅਸੀਂ ਵਰਕਰਾਂ ਨੂੰ ਸਾਰਿਆਂ ਨੂੰ ਪਿਆਰ ਨਾਲ ਦੱਸਿਆ ਹੋਈ, ਸਾਰੇ ਆਪਣੇ ਜਿੰਨੇ ਵੀ ਵੋਟਰ ਨੇ ਸਾਰਿਆਂ ਨੂੰ ਪਿਆਰ ਨਾਲ ਸਮਝਾਉਣਾ, ਚੰਗੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ। ਜੋ ਵੀ ਤੁਹਾਨੂੰ ਲੱਗਦਾ ਵੀ ਚੰਗਾ ਉਮੀਦਵਾਰ ਆਪਣੇ ਪਿੰਡ ਦਾ ਵਿਕਾਸ ਕਰੂਗਾ, ਗਲੀਆਂ ਨਾਲੀਆਂ ਦਾ ਵਿਕਾਸ ਕਰੂਗਾ, ਉਸ ਨੂੰ ਵੋਟ ਦੇਣੀ ਚਾਹੀਦੀ ਆ। ਸਭ ਤੋਂ ਪਹਿਲਾਂ ਅਸੀਂ ਨਸ਼ੇ ਦਾ ਵੀ ਮੁੱਦਾ ਖਤਮ ਕਰਨਾ। ਜੋ ਸਾਡੇ ਪਿੰਡ ਵਿੱਚ ਨਸ਼ਾ ਗਾ, ਜੋ ਸਾਡੇ ਮੇਰੇ ਵੀਰ ਬਹੁਤ ਸਾਡਾ ਨੁਕਸਾਨ ਹੋਇਆ ਪਿੰਡ ਦਾ, ਉਹ ਵੀ ਅਸੀਂ ਅਗਲੇ ਜਿਹੜੇ ਬੱਚੇ ਆ ਸਾਡੇ ਆਉਣ ਵਾਲੇ ਉਹਨਾਂ ਨੂੰ ਪਿਆਰ ਨਾਲ ਬਹੁਤ ਸਮਝਾ ਰਹੇ ਹਾਂ। ਸਭ ਤੋਂ ਵੱਡਾ ਮੁੱਦਾ ਅਸੀਂ ਨਸ਼ੇ ਦਾ ਵੀ ਖਤਮ ਕਰਨਾ ਆਪਦੇ ਪਿੰਡ 'ਚੋਂ। ਦੂਜਾ ਗਾ ਹੈਗਾ ਗਲੀਆਂ ਨਾਲੀਆਂ, ਜੋ ਵੀ ਆ ਸਾਡੇ ਹਰਿਆਲੀ ਆ, ਜਿਹੜੀ ਜੋ ਕੈਨੇਡਾ ਦੇ ਵਿੱਚ ਅਸੀਂ ਹਰਿਆਲੀ ਦੇਖੀ ਆ, ਪਾਰਕ ਆ, ਉਹ ਅਸੀਂ ਰਾਮਪੁਰੇ ਪਿੰਡ ਦੇ ਵਿੱਚ ਵੀ ਪਾਰਕ ਬਣਾਉਣੇ ਆ। ਅਸੀਂ ਕੈਨੇਡਾ ਵੀ ਜੇ ਜੋ ਕੈਨੇਡਾ ਦੇ ਵਿੱਚ ਦੇਖਿਆ ਉਹ ਸਾਡੇ ਰਾਮਪੁਰੇ ਪਿੰਡ ਦੇ ਵਿੱਚ ਵੀ ਸਾਨੂੰ ਮਿਲੂਗਾ ਜੀ। ਅੱਜ ਤੋਂ 5 ਸਾਲਾਂ ਬਾਅਦ ਰਾਮਪੁਰੇ ਦਾ ਰੂਪ, ਜਿਹੜੀ 2 ਸਾਲਾਂ ਨੂੰ ਥੋੜ੍ਹਾ ਜਿਹਾ ਅਸਰ ਪੈਣਾ ਸ਼ੁਰੂ ਹੋ ਜਾਊਗਾ ਵੀ ਇਹ ਜਿਹੜਾ ਰਾਮਪੁਰਾ ਪਿੰਡ ਆ ਉਹ ਕੈਨੇਡਾ ਵਰਗਾ ਹੀ ਦਿਸਣ ਲੱਗ ਜੂਗਾ ਜੀ। ਜਿਸ ਤਰ੍ਹਾਂ ਤੁਹਾਡੇ ਤੇ ਰੋਪ ਲੱਗ ਰਿਹਾ ਕਿ ਤੁਸੀਂ ਕੈਨੇਡਾ ਵਾਪਸ ਭੱਜ ਜਾਓਗੇ? ਨਹੀਂ ਨਹੀਂ ਜੀ, ਅਸੀਂ ਕੈਨੇਡਾ ਤਾਂ ਛੱਡ ਕੇ ਪੰਜਾਬ ਆਏ ਹਾਂ ਜੀ। ਪੰਜਾਬ ਦੇ ਵਿੱਚ ਰਾਮਪੁਰੇ ਪਿੰਡ ਆਏ ਹਾਂ ਜੀ। ਰਾਮਪੁਰਾ ਪਿੰਡ ਅਸੀਂ ਕੈਨੇਡਾ ਵਰਗਾ ਹੀ 5 ਸਾਲਾਂ ਵਿੱਚ ਕੈਨੇਡਾ ਵਰਗੇ ਬਣਾ ਦੇਣਾ ਜੀ। ਆਖਰੀ ਦਿਨ ਤੁਹਾਡੇ ਵੱਲੋਂ ਪ੍ਰਚਾਰ ਕਿਸ ਤਰ੍ਹਾਂ ਕਰਿਆ ਜਾ ਰਿਹਾ, ਕਿਸ ਤਰ੍ਹਾਂ ਵੋਟਾਂ ਮੰਗੇ ਜਾ ਰਹੀਆਂ? ਅਸੀਂ ਸਭ ਤੋਂ ਵਿਕਾਸ ਦੇ ਮੁੱਦੇ ਤੇ, ਹਰਿਆਲੀ ਦੇ ਮੁੱਦੇ ਤੇ। ਹਰਿਆਲੀ ਦਾ ਮੈਨੂੰ ਬਹੁਤ ਸ਼ੌਕ ਆ ਆਪਣੀ, ਹਰੇਕ ਘਰ ਘਰ ਦੇ ਵਿੱਚ ਸਾਹਮਣੇ ਬੂਟਾ ਮਿਲੂਗਾ ਜਾਂ ਕੋਈ ਦਾਣਾ ਮੰਡੀ ਦੀ ਆ, ਜੋ ਵੀ ਸਾਡੇ ਗਰਾਊਂਡ ਆ ਉਹਦੇ ਆਸੇ ਪਾਸੇ ਹਰੇਕ ਜਿੱਥੇ ਵੀ ਸਾਨੂੰ ਖਾਲੀ ਜਗ੍ਹਾ ਮਿਲਦੀ ਆ, ਸ਼ਮਸ਼ਾਨ ਘਾਟ ਆ, ਅਸੀਂ ਹਰੇਕ ਥਾਂ ਦਰਖਤਾਂ ਦੀ, ਦਰਖਤ ਲਾਉਣ ਦੀ ਬਹੁਤ ਅਸੀਂ ਮਿਹਨਤ ਕਰ ਰਹੇ ਹਾਂ। ਮੇਰੇ ਨਾਲ ਜਿੰਨੀ ਵੀ ਮੇਰੀ ਪਾਰਟੀ ਆ, ਸਭ ਨੂੰ ਅਸੀਂ ਇਹੀ ਕਹਿੰਦੇ ਹਾਂ ਵੀ ਭਾਈ ਵੱਧ ਤੋਂ ਵੱਧ ਦਰਖਤ ਲਾਓ। ਤੁਹਾਡੇ ਵੱਲੋਂ ਵੋਟਾਂ ਦੀ ਮੰਗ ਕਰੀ ਜਾ ਰਹੀ ਹੈ, ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ? ਅਸੀਂ ਘਰ ਘਰ ਜਾ ਕੇ ਇਹੀ ਮੰਗ ਕਰਦੇ ਹਾਂ ਜੀ ਵੋਟਰਾਂ ਤੋਂ।